ਅਦਰ ਸਾਹਿਬ ਅੱਲਾ ਦੇ ਹੁਕਮ ਦੇ ਨਾਲ ਬੰਦੇ ਵੀਡੀਓ ਹਾਂਜੀ ਮੈਂ ਕਰ ਕਰ ਕੇ ਵੇਖਣਗੇ ਇਨਸ਼ਾਅੱਲਾ ਇਹ ਭਰਾਵਾਂ ਨਾਲ ਬਾਤ ਹੈ ਕੀ ਬਾਤ ਹੈ ਜੀ ਹਾਏ ਮਾਸ਼ਾਅੱਲਾ ਝੋਟੀ ਚੈੱਕ ਕਰੋ ਮਾਸ਼ਾਅੱਲਾ ਅੱਜ ਤਾਂ ਹੁਸਨ ਦੀਆਂ ਸ਼ਹਜ਼ਾਦੀਆਂ ਲੈ ਜੇ ਲਵੀ ਦੀ ਸ਼ਹਜ਼ਾਦੀ ਕੱਟੀ ਏ ਜਿਹੜੀ ਆਪ ਨੂੰ ਪਸੰਦ ਲੱਗਦੀ ਉਹ ਲਵੀ ਦੀ ਏ ਕਾਕ ਦਾ ਵੀ ਉਹ ਪਸੰਦ ਲੱਗਦੀ ਏ ਬਿਲਕੁਲ ਸਹੀ ਜਦੋਂ ਮਰਜ਼ੀ ਆਵੋ ਕੋਈ ਬਿਆਨਾ ਸ਼ਾਨਾ ਨਹੀਂ ਨਾ ਕੋ ਮੱਝ ਦਾ ਨਾ ਕੋ ਝੋਟੀ ਗੱਭਣ ਦਾ ਕੱਟੀ ਦਾ ਬਿਆਨਾ ਵੱਛੀ ਵੱਛੇ ਦਾ ਬਿਆਨਾ ਹੈ ਅੱਛਾ ਕੱਟੀ ਕੱਟੇ ਦਾ ਤਾਂ ਵੱਛੀ ਵੱਛੇ ਦਾ ਬਿਆਨਾ ਬਗਾ ਕਿਸੇ ਜਾਨਵਰ ਦਾ ਬਿਆਨਾ ਨਹੀਂ ਹੈਗਾ ਗੜ ਗਈ ਵੀ ਝੋਟੀ ਨੂੰ ਮਸਲਾ ਮਸਾਇਲ ਬਣੇ 8 ਦਿਨਾਂ ਚ ਚੇਂਜ ਕਰਨੀ ਹੋਵੇ ਬਦਲਾਉਣੀ ਹੋਵੇ ਬਦਲ ਸਕਦੇ ਨੇ ਉਹਨਾਂ ਦਾ ਕਿਰਾਇਆ ਖਰਚਾ ਉਹਦਾ ਹੋਵੇਗਾ ਬਗਾ ਨੁਕਸ ਸਾਬ ਨਿਕਲੇਗਾ ਉਹ ਮੇਰਾ ਹੋਵੇਗਾ ਇਹਦਾ ਮੱਝਾਂ ਦੇ ਪੁੱਠੇ ਹੁੰਦੇ ਨੇ ਵਾਕਿਆ ਆ ਦੇਖੋ ਵਾਕਿਆ ਇਹਦੇ ਮੱਝਾਂ ਦੇ ਪੁੱਠੇ ਹੁੰਦੇ ਨੇ ਚੜੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੀ ਝੋਟੀ ਚੰਗੀ ਲੱਗੇ ਤੇ ਲਵੇ ਨਾ ਲੱਗੇ ਤਾਂ ਛੱਡ ਦੇਵੇ ਸ਼ਹਜ਼ਾਦਾ ਲਓ ਇੱਥੇ ਕੈਮਰਾ ਕੀ ਬਾਤ ਹੈ ਜੀ ਠੀਕ ਹੈ ਐਂ ਦੀ ਕੱਟੀ ਮਿਲੇਗੀ ਇੱਥੋਂ ਅਨਮੋਲ ਹੀਰੇ ਕੱਟੀ ਵੀ ਲੈਣਗੇ ਨਾ ਅਦਰ ਸਾਹਿਬ ਅਨਮੋਲ ਹੀਰਾ ਹੀ ਮਿਲੇਗੀ बिस्मिल्लाहिर्रहमानिर्रहीम अस्सलाम वालेकुम व रहमतुल्लाहि व बरकातहू। कैसे हैं व्यूअर्स, उम्मीद करता हूँ आप बिल्कुल ठीक ठाक होंगे। अल्लाह ताला से मेरी दिली दुआ है, अल्लाह ताला आपको जहाँ भी रखे खुशहाल रखे, अल्लाह आपके कारोबार में रिज़्क में बरकत अता फरमाए। इसी दुआ के साथ आज की वीडियो का आगाज करते हैं। तो आज मैं पहुँचा हूँ राय साहब के पास। माशाल्लाह आज फिर दिल खुश होगा, दिल बाग बाग होगा। वीडियो को मुकम्मल देखना है, वीडियो को स्किप नहीं करना। तो आज तारीख है 16 मार्च 2023 बरोज जुमेरात, राय साहब के डेरे पर इस वक्त मौजूद हूँ। अस्सलाम वालेकुम। वालेकुम सलाम। राय साहब दिल दे टोटे, क्या हाल है? अल्हम्दुलिल्लाह तबीता से ता ठीक ने भरा दिया। लो जी राय साहब जी मोहब्बत नाल ड्रेस दहो टका के ताकि इजी हो के मेरे भरा आवन। जी ना मेरा भाई आकब जो है जिला साडा ननकाना साहब है। जी जी ननकाना साहब तो 16 किलोमीटर पीछे जसलाणी मोड़ स्टॉप दे उते ही अपना फार्म है। अच्छा। अगर भाई फैसलाबाद तो आंदा, सियालकोट आंदा, गुजराले आंदा, शेखपुरे आवे, 32 चौक रस्ता निकलना फैसलाबाद। जी जी। 22 किलोमीटर अगे आंदा फरोज वटवा। हां जी। फरोज वटवा तो स्टॉप तो रस्ता निकलता है। अच्छा। वार बटन जसलाणी मोड़। जी ठीक है। वार बटन जसलाणी मोड़ आवन ਉੱਥੇ ਆਣ ਕੇ ਸਾਹਿਬ ਚੌਂਕ ਦੇ ਵਿੱਚ ਆਪਣਾ ਫਾਰਮ ਹੈ। ਮੇਰੇ ਨੰਬਰ ਤੇ ਗੱਲ ਹੈ ਕਿ ਵੀਡੀਓ ਕੋਈ ਮੰਗੇ, ਵੀਡੀਓ ਇਸ YouTube ਤੇ ਵੇਖ ਸਕਦਾ। ਅੱਛਾ। Facebook ਤੇ ਵੇਖ ਸਕਦਾ। ਵੀਡੀਓ ਅਸੀਂ ਨਹੀਂ ਸੈਂਡ ਕਰਨੇ। ਜੀ ਠੀਕ ਹੈ। ਸਾਨੂੰ ਜਾਨਵਰ ਦੀਆਂ ਦਾ ਵੀਡੀਓ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ, ਸਾਨੂੰ ਆਂਦੇ ਨੇ ਜਾਨਵਰ ਦੀ ਵੀਡੀਓ ਸੈਂਡ ਕਰੋ, ਸਾ ਵੀਡੀਓ ਨਹੀਂ ਸੈਂਡ ਕਰਨੀ। ਪੱਦ ਕੋਣੀ ਹੈਗਾ ਜਿੱਥੇ ਵੀ ਆਉਂਦੇ ਨੇ ਵਿਜ਼ਿਟ ਦੇ ਤੌਰ ਤੇ ਆ ਜਾਵਣ, ਆਣ ਕੇ ਵਿਜ਼ਿਟ ਕਰਨ, ਜਿਹੜਾ ਜਾਨਵਰ ਪਸੰਦ ਲੱਗੇ ਉਹ ਜਨਾਬ ਲਵਣ ਗਈ ਤੇ ਸਕਰੀਨਸ਼ਾਟ ਲਵਣ, ਸਕਰੀਨਸ਼ਾਟ ਲੈ ਕੇ ਆਖਣ ਜੀ ਆ ਸਾਨੂੰ ਜਾਨਵਰ ਪਸੰਦ ਹੈ, ਉਹ ਜਾਨਵਰ ਮਿਲੇਗਾ। ਜੀ ਠੀਕ ਹੈ। WhatsApp ਤੇ ਰابطਾ ਹੋਵੇਗਾ, ਕਾਲ ਤੇ ਰابطਾ ਨਹੀਂ ਹੋਵੇਗਾ। ਜੀ ਠੀਕ ਹੈ ਜੀ, ਇਹ ਵੀ ਗੱਲ ਸਹੀ। ਛੋਟੀਆਂ ਵਿਖਾਵਾਂਗੇ, ਕੱਲੀ ਕੱਲੀ ਕੱਢ ਕੇ ਵਿਖਾਵਾਂਗੇ, ਇੱਕ ਵੇਖਣਗੇ ਦੂਜੀ ਭੁੱਲ ਜਾਗੇ। ਵਜ਼ਨ ਦੱਸ ਦਈਏ ਕਿ ਸਰਨ ਪਹਿਲੇ ਵਜ਼ਨ ਮੇਰੀ ਛੋਟੀ ਕੋ 400 ਕੇਜੀ ਤੋਂ ਲੈ ਕੇ 500 ਕੇਜੀ ਤੱਕ ਹੁੰਦਾ। 10 ਮਣ ਤੋਂ ਲੈ ਕੇ 12.5 ਮਣ 13 ਮਣ ਤੱਕ ਵਜ਼ਨ ਹੁੰਦਾ ਛੋਟੀ ਦਾ। ਅੱਛਾ। 6 ਮਾਹ ਤੱਕ, ਜਿਹੜੀ 2 3 4 5 6 ਮਾਹ ਤੱਕ ਹੈ। ਰੇਟ ਸਾਡਾ 450 ਹੈ, 449 ਵੀ ਨਹੀਂ ਲੱਗਣਾ, 450 ਲੱਗਣਾ ਨੇ। ਛੋਟੀ ਉਹਨਾਂ ਦੀ ਪਸੰਦ ਹੀ ਹੋਵੇਗੀ, ਰੇਟ ਸਾਡੀ ਪਸੰਦ ਆਵੇਗਾ। ਬਿਲਕੁਲ ਸਹੀ ਹੈ ਜੀ। ਠੀਕ ਹੈ। 449 ਵੀ ਲਾਵਾਂਗੇ, 450 ਰੁਪਿਆ ਰੇਟ ਹੈ ਸਾਡਾ। ਅੱਛਾ। ਮੱਝ ਦਾ ਸੂਈ ਦਾ ਤਿਆਰ ਦਾ ਰੇਟ ਹੈ 550। ਬਿਲਕੁਲ। ਉਹ ਵੀ 549 ਵੀ ਨਹੀਂ ਲੱਗਣਗੇ। ਸਹੀ ਹੈ। ਪਸੰਦ ਤੁਸੀਂ ਕਰਨੀ ਹੈ, ਰੇਟ ਅਸੀਂ ਆਪਣੀ ਮਰਜ਼ੀ ਦਾ ਲੈਣਾ। ਸਾਡੀ ਮਰਜ਼ੀ ਦਾ ਨਹੀਂ, ਸਾਡਾ ਚੱਲਦਾ ਪਿਆ ਰੇਟ ਹੈ ਜੀ। ਸਹੀ ਹੋ ਗਿਆ। ਠੀਕ ਹੋ ਗਿਆ। ਰੇਟ ਹੀ ਘਾਟਾ ਵਾਧਾ ਨਹੀਂ, 10 ਜਾਨਵਰ ਲਵਣਗੇ 300 ਕਿਲੋਮੀਟਰ ਤੱਕ ਡਿਲੀਵਰੀ ਮਿਲੇਗੀ। 8 ਦਿਨ ਵਿੱਚ ਕੋਈ ਮਸਲਾ ਮਸਾਇਲ ਬਣੇਗਾ, ਵਾਪਸੀ ਹੋਵੇਗੀ। ਸਾਡਾ ਵਜ਼ਨ ਘਟੇ, ਨੁਕਸ ਐਪ ਨਿਕਲੇ, ਥਾਣੇ ਵਾਧਾ ਘਟਾ ਹੁੰਦਾ, 8 ਦਿਨਾਂ ਵਿੱਚ ਚੇਂਜ ਕਰ ਸਕਦੇ ਨੇ। ਅੱਛਾ ਅੱਛਾ। ਠੀਕ ਹੈ, ਬਗਾ ਮਾਲ ਵਿਖਾਉਂਦੇ ਆ ਜੀ। ਠੀਕ ਹੈ ਜੀ, ਮਾਸ਼ਾਅੱਲਾ ਜੀ, ਆਗਾਜ਼ ਕਰਨੇ ਜੀ। ਲਓ ਜੀ ਤਸੱਲੀ ਕਰੋ ਜੀ, ਕਰੋ ਜੀ ਸ਼ੌਕ ਦੇ ਨਜ਼ਾਰੇ। ਮਾਸ਼ਾਅੱਲਾ। ਹਾਂਜੀ। 4 ਮਹੀਨੇ ਦੀ ਗੱਭਣ। ਹਾਂਜੀ। ਤਕਰੀਬਨ ਵਜ਼ਨ ਇਹਦਾ ਹੋਵੇਗਾ 350 340 330 ਕਿਲੋ ਵਜ਼ਨ ਹੋਵੇਗਾ ਇਹਦਾ। ਅੱਛਾ। 10 ਮਣ ਤੋਂ ਥੱਲੇ ਥੱਲੇ 10 ਮਣ ਦੇ ਥੱਲੇ ਥੱਲੇ ਜੋਟੀਆਂ ਜੀ। ਲਓ ਜੀ ਮੈਂ ਪਸ਼ਮ ਚੈੱਕ ਕਰੋ। ਹਾਏ ਹਾਏ, ਬੱਤਰਾ ਵੀ ਤੁਹਾਨੂੰ ਚੈੱਕ ਕਰਾਂਗਾ ਇਹਦਾ। ਲਓ ਜੀ ਆ ਵੇਖੋ। ਹਾਏ 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 ਹਾਏ, ਮੂੰਹ ਮੋੜ ਦੋਂਦੀ ਕੱਟੀ ਹੈ ਬੁੱਠੀ। ਠੀਕ ਹੈ। 4 ਮਹੀਨੇ ਦੀ ਗੱਭਣ ਹੈ। ਹਾਂ। ਮੂੰਹ ਦੋਂਦੀ ਕੱਟੀ ਹੈ। ਮੂੰਹ ਦੋਂਦੀ ਕੱਟੀ। ਪੱਕੀ ਗੱਲ ਹੈ, ਵਿਖਾ ਸਕਦੇ ਜੇ? ਹਾਂਜੀ ਵਿਖਾ ਸਕਣੇ। ਲਓ ਜੀ, ਤਾਂ ਕਿ ਤਸੱਲੀ ਤਾਂ ਹੋਵੇ ਨਾ, ਲੋਕ ਕਹਿੰਦੇ ਨੇ ਐਵੇਂ ਤੁਸੀਂ ਬਸ। ਲਓ ਜੀ ਨਹੀਂ ਵਿਖਾ ਜੀ, ਰਹਿਣ ਦਿਓ ਫਿਰ। ਆ ਯਕੀਨ ਦੀ ਜ਼ਬਾਨ ਤੇ ਰਹਿਣ ਦਿਓ ਫਿਰ, ਰਹਿਣ ਦਿਓ। ਯਕੀਨ ਵੀ ਹੁੰਦਾ ਸ਼ਾਹ, ਰਹਿਣ ਦੇ ਮਾਸ਼ਾਅੱਲਾ ਜੀ, ਅੱਜ ਤਸੱਲੀ ਕਰਨੀ ਪਸ਼ਮ ਜੁੜੀਆਂ।
माशाल्लाह बूथी चेक करो बिलकुल बारीक सिंगी निक्की निक्की एक मिनट ठहर के ला आराम देना मोहब्बतां लंबाई चेक करो जी आ देखो हुण मैं पुठे ते आ गया लिबास भी चेक कराना है माशाल्लाह करो जी शौक दे नजारे माशाल्लाह लो जी सली करो जी लो जी अगे लाओ जी एक और जोटी माशाल्लाह आइटम भाई रासा मूर्ता ही लेते आ गए जी माशाल्लाह तसल्ली आ करो जी स्क्रीन शॉट लेना जे पसंद आवे वजन 400 केजी तो लैके 500 केजी तक मेरे जानवर का वजन हों एक मिनट 400 केजी मराद 10 मन 10 मन उत्ते उत्ते बिलकुल 12 मन 13 मन वजन हों बिलकुल सही हो गया जी लो जी चेक करो जी 10 किलो का वाधा घाटा हो जाता है हाँ बिलकुल माशाल्लाह जी 400 केजी 410 केजी किन्ने महीने की गबन माशाल्लाह हाय हाय माशाल्लाह बकाया गल्ला जड़गने ना हर वीडियो दे करी दियाने हां बकाया मैं कह के माल बकाणा गल्ला जड़गने ना आज नहीं करने साडे समझदार ने हर गल नु समझदे ने हर गल बात सारी समझदे ने बेशक ठीक है बकाया माल आज की बकाणा बकाया गल्ला नहीं करनगा लो चेक कीती हो सली कीती हो जी क्या बात है जी माशाल्लाह घुमाओ लो जी चेक करो जी सलिया नाल आए हाय हाय माशाल्लाह जोटी का कद काट देखो 6 महीने की पूरे 6 महीने की गबन ठीक हो गया जी राज साहब एक किन्ने महीने 6 महीने की 6 महीने की गबन है 450 केजी जी ठीक है जी माशाल्लाह जी लो जी ए भी चेक करो जी तसली नाल सिंगी भी चेक कर लो हम लंबाई वेखी आया जी है माशाल्लाह हम पुठे जी लो जी ये किन्ने महीने की चार महीने की गबन जोटियां माशाल्लाह इधरों वेखो जी कितों में शुरू हो रहा है लो जी तसली करो आ पुठे ते आ गई मौकी हाय हाय माशाल्लाह अल्लाह जी तसली है मरले मरले ते थन ने लो जी अगे आ गया जी लो जी एक और चेक करो जी सही गल है माशाल्लाह क्या बात है जी अगे चलो ये किन्ने महीने राय साहब 3 महीने तो लाके 6 महीने तक माशाल्लाह जी अब चेक करो लो जी छोटे वजन आली 370 380 लो जी 10 महीने तो लाया 6 महीने तक गबने जी
माशाल्लाह अवेलेबल है 450 रुपये किलो, 450 रुपये किलो नाल 300 किलोमीटर डिलीवरी फ्री। दसा जोटिया दी 300 किलोमीटर का डिलीवरी फ्री जी। ठीक है जी माशाल्लाह लो जी, क्या वजन होगा 450 केजी 500 केजी 450 to 500 kg जी, क्योंकि छोटी का वजन 400 kg तो लैके 500 kg तक होंगे, बिच कोई कलील आंदी है जी 400 kg तो 5-10 किलो घटती है। अच्छा अच्छा, 400 kg तो उत्ते उत्ते वजन होंगे। बिलकुल सही हो गया जी माशाल्लाह। ये कारण रख के आवन के जेहन च रख के आवन ਅਸੀਂ 400 kg ਤੋਂ ਉੱਤੇ ਲੈਣੀ ਹੈ ਤਾਂ 500 kg ਦੇ ਰੇਂਜ ਵਿੱਚ ਲੈਣੀ ਜੁੜੀ, ਉਹਨੂੰ ਕੈਲਕੂਲੇਟਰ ਮਾਰ ਕੇ ਸਾਰਾ ਹਿਸਾਬ ਕਿਤਾਬ ਲਾ ਕੇ ਆਵਾਂ ਜੀ। ਠੀਕ ਹੈ ਜੀ ਮਾਸ਼ਾਅੱਲਾ, ਇੱਕ ਹੋਰ ਜੋਟੀ ਆ ਗਈ ਜੀ, ਤਸੱਲੀ ਕਰੋ ਸਕਰੀਨ ਸ਼ਾਟ ਜਿਹਨੂੰ ਜਿਹੜੀ ਪਸੰਦ ਲੱਗੇ ਉਹਦਾ ਸਕਰੀਨ ਸ਼ਾਟ ਲੈਣਾ। ਹਾਂਜੀ ਸਕਰੀਨ ਸ਼ਾਟ ਲਾ ਕੇ ਸੈਂਡ ਕਰਨਾ ਹੈ ਲਓ ਜੀ ਕੈਮਰਾ ਮਾਸ਼ਾਅੱਲਾ ਜੀ, ਅੱਖਾਂ ਦੇ ਲਾਓ ਸਿਰ ਦੇ ਲਾਓ ਹਾਏ 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 ਮਾਸ਼ਾਅੱਲਾ, ਸਰੀਰ ਚੈੱਕ ਕਰੋ, ਸਿੰਗ ਚੈੱਕ ਕਰੋ, ਨੀਲੀ ਰਾਵੀ ਜੋਟੀ ਮਾਸ਼ਾਅੱਲਾ ਅੱਗੇ ਆ ਗਈ ਜੀ ਮਾਸ਼ਾਅੱਲਾ ਜੀ, ਉਸ ਤੋਂ ਅਗਲੀ ਆ ਗਈ ਜੀ। क्या बात है जी, लाओ लो जी लो, लग गया रहा है, सब लग गया जी, लग गया जी माशाल्लाह। आ देखियो लंबाई चेक की थी है माशाल्लाह जी, ले लो जी शौक माशाल्लाह, देख रहे जी बंतर देखा तुन्नी कोली किसा झोटी भी होवे थले तिकर कैमरा मार। मैं जी राय साहब थले अखन तो बगैर कदाइयों में नजर ना आवे कुछ इधर आओ पुठे दे। अच्छा अच्छा, ए लाओ कैमरा। हाय हाय क्या बात है माशाल्लाह, लो जी माशाल्लाह, लग गया जी कैमरा फिर आज फिर तसल्लियां नाल माशाल्लाह, कद काट देखो माशाल्लाह, जोटी का कद देखो, बाकी गल्ला छड्डो माशाल्लाह, हाय अखां वे चमकदियां हैं, चेक करो अखां हैं बिल्ली वांगू या ओ बंटे वांगू। लो कैमरा तुरंत चेक करा मेरे भरा जी, आ बहुत चेक करा छोटी दा, आ चेक करो जी, आ लंबाई इधरों में देखो जी, पुट्ठा आ गया जी, ऐ लिबास चले है जी, आ चेक करो मरले मरले ठणने जी, कद काट लो भी कोई शक नहीं छोटी दा, जेड़ी चीज अल्लाह मैं सोनी बनाए हाय, आ मैं सलो ही भूल गई पिछलियां भूल गई माशाल्लाह, मैं अल्लाह दे हुक्म दे नाल है। हां जी हजर साहब, अल्लाह दे हुक्म दे नाल बंदे वीडियो अच्छा कली कली वेखो लंबाई वेखो पुठा चेक जोटी चेक करा तो पिछू जोटी चेक हाय 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 वेखो हाय हाय माशाल्लाह कैमरा जरा को दूजी भूल जाएगी अल्लाह हुक्म ना रखन के कहंदे इंदी छोटी सानू दियो। हां क्या बात माशाल्लाह, आज तो हुसन दी शहजादी लै जे लवी दी शहजादी कट्टी है ਜਿਹੜੀ ਆਪ ਨੂੰ ਪਸੰਦ ਲੱਗਦੀ ਉਹ ਲਵੀ ਦੀ ਹੈ, ਗਾਹਕ ਦਾ ਵੀ ਉਹ ਪਸੰਦ ਲੱਗਦੀ ਹੈ, ਬਿਲਕੁਲ ਸਹੀ, ਜਿਹੜੀ ਆਪ ਨੂੰ ਨਾ ਪਸੰਦ ਲੱਗੇ ਗਾਹਕ ਕਿਵੇਂ ਪਸੰਦ ਕਰੇ, ਨਹੀਂ ਕਰਦਾ ਜੀ ਨਹੀਂ ਕਰਦਾ, ਲੋ ਸਲੀਆਂ ਕਰੋ ਜੀ, ਅੱਜ ਇੰਜ ਹੁੰਦਾ ਸ਼ੌਕ ਕਰਨ ਦਾ ਹੱਕ ਹੁੰਦਾ ਹੀ, ਜੇ ਫਾਰਮ ਤੇ ਇਹੋ ਚਾਹ ਛਲੀਆਂ ਹੋਣ ਲੋਕ ਆ ਤੇ ਵੇਖਣ ਤੇ ਤਾਰੀਫਾਂ ਨਾ ਕਰਨ ਫਿਰ ਰਾਜ ਸਾਹਿਬ ਦੀ ਤਾਰੀਫਾਂ ਹੀ ਹੋਣੀਆਂ, ਇਹ ਲੋ ਕੈਮਰਾ ਲੋ ਜੀ ਵੇਖੋ ਲੰਬ ਚੈੱਕ ਕਰਾਓ ਮਾਸ਼ਾਅੱਲਾ, ਲੰਬਾਈ ਚੈੱਕ ਕਰੋ ਕਿੱਥੇ ਦਰਵਾਜ਼ੇ ਕੋ ਖੜੇ ਹੁੰਦੇ ਆ ਐਂਡ ਤੇ ਆ ਹੀ ਗੱਲ ਮਾਸ਼ਾਅੱਲਾ ਜੀ, ਇਹ ਜਾਂਦਾ ਹੀ ਸ਼ੌਕ सवेरे मान ली आना जो मर्जी आवो, कोई बयाना शाना नहीं, ना को मज का ना को झोटी गबन का, कट्टी का बयाना ਵੱਛੀ ਵੱਛੇ ਦਾ ਬਿਆਨਾ ਹੈ। ਅੱਛਾ ਕੱਟੀ ਕੱਟੇ ਦਾ ਤਾਂ ਵੱਛੀ ਵੱਛੇ ਦਾ ਬਿਆਨਾ, ਬਗਾ ਕਿਸੇ ਜਾਨਵਰ ਦਾ ਬਿਆਨਾ ਨਹੀਂ ਹੈਗਾ। ਅੱਛਾ ਆਵਣ ਦਿਨ ਨੂੰ ਆਵਣ ਰਾਤ ਨੂੰ ਆਵਣ 24 ਘੰਟੇ ਆਵਣ 24 ਘੰਟੇ ਜਿਸ ਟਾਈਮ ਮਰਜ਼ੀ ਆਵਣ। ਸਹੀ ਹੋ ਗਿਆ ਜੀ ਮਾਸ਼ਾਅੱਲਾ ਜੀ, ਦਰਵਾਜ਼ੇ ਖੁੱਲੇ ਨੇ ਰਾਏ ਸਾਹਿਬ ਦੇ ਜੀ ਮਾਸ਼ਾਅੱਲਾ ਜੀ, ਮੈਂ ਮਾਲ ਵਿਖਾਉਣੇ ਆ ਸਾਰਾ ਤਸੱਲੀ ਕਰਾਵਾਂਗੇ। ਨਹੀਂ ਨਹੀਂ ਤਸੱਲੀ ਨਾਲ ਜੀ, ਆਪਾਂ ਕੋ ਰੁਕੇ ਖੜੇ ਆ ਸਾਰੀ ਸਾਲਾ, ਲਓ ਜੀ ਚੈੱਕ ਕਰੋ ਜੀ ਪਸ਼ਮ ਜੋਟੀ ਦੀ ਚੈੱਕ ਕਰਾ ਮਾਸ਼ਾਅੱਲਾ, ਤਸੱਲੀ ਕਰੋ ਠੀਕ ਹੈ, मैं तो बोलना ही नहीं था माशाल्लाह, तू ही बोलना देखो। हाँ 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 क्या बात है, हाँ जी चीज चंगी लगे तो
ਜਿਵੇਂ ਕਮੈਂਟਸ ਸਾਡੇ ਭਰਾ ਸਾਨੂੰ ਨਾ ਯਾਦ ਰੱਖਦੇ ਨੇ ਨਾ ਹਾਂਜੀ ਅਸੀਂ ਵੀ ਇੰਜ ਦਿਲ ਚ ਯਾਦ ਰੱਖੀਦਾ ਮਾਸ਼ਾਅੱਲਾ ਕਮੈਂਟ ਚੰਗੀ ਚੀਜ਼ ਲੱਗੇ ਤਾਂ ਮਾਸ਼ਾਅੱਲਾ ਜ਼ਰੂਰ ਰੱਖਣਾ ਮਾਸ਼ਾਅੱਲਾ ਬਤਾਇਆ ਹੋਰ ਕੋਈ ਸ਼ਾਇਦ ਹੀ ਲੋੜ ਨਹੀਂ ਕੀ ਬਾਤ ਹੈ ਜੀ ਆਨੇ ਮੁਹੱਬਤਾਂ ਮਾਸ਼ਾਅੱਲਾ ਲਓ ਜੀ ਚੈੱਕ ਕਰੋ ਗੱਲ ਗਈ ਵੀ ਛੋਟੀ ਨੂੰ ਮਸਲਾ ਮਸਾਇਲ ਬਣੇ ਅੱਠਾਂ ਦਿਨਾਂ ਚ ਚੇਂਜ ਕਰਨੀ ਹੋਵੇ ਬਦਲਾਉਣੀ ਹੋਵੇ ਬਦਲ ਸਕਦੇ ਨੇ ਉਹਨਾਂ ਦਾ ਕਿਰਾਇਆ ਖਰਚਾ ਉਹਦਾ ਹੋਵੇਗਾ ਬਕਾਇਆ ਨੁਕਸ ਐਬ ਨਿਕਲੇਗਾ ਉਹ ਮੇਰਾ ਹੋਵੇਗਾ ਯਾਨੀ ਕਿ ਇਹ ਗੱਲ ਕਰਨ ਮਤਲਬ ਹੈ ਨੁਸ ਐਬ ਨਿਕਲਦਾ ਹੈ ਤਾਂ ਉਹ ਕਿਰਾਇਆ ਤੁਹਾਡਾ ਹੈ ਹਾਂਜੀ ਵੈਸੇ ਸ਼ੌਕ ਨਾਲ ਬਦਲਣਾ ਚਾਹਣਾ ਬਦਲਣਗੇ ਉਹ ਕਿਰਾਇਆ ਖਰਚਾ ਉਹਨਾਂ ਦਾ ਹੋਵੇਗਾ ਸਹੀ ਉਹ ਮੈਂ ਨਹੀਂ ਲਾਵਾਂਗਾ ਉਹਦੇ ਜੀ ਦੇਵਾਂਗਾ ਲਾਓ ਕੈਮਰਾ ਇੱਥੇ ਹਾਂ ਬਿਲਕੁਲ ਜੀ ਠੀਕ ਹੈ ਗੱਲ ਸੋਹਣੀ ਤੁਸੀਂ ਕੀਤੀ ਜੀ ਗੱਲ ਸਾਫ਼ ਹੋਣੀ ਚਾਹੀਦੀ ਵਾਜ਼ਿਹਾ ਹੋਣੀ ਚਾਹੀਦੀ ਲਓ ਜੀ ਇੱਕ ਹੋਰ ਜੁੱਟੀ ਅੱਗੇ ਆ ਗਈ ਜੀ ਮਾਸ਼ਾਅੱਲਾ ਲਾਓ ਕੈਮਰਾ ਕੀ ਬਾਤ ਹੈ ਜੀ ਮਾਸ਼ਾਅੱਲਾ ਜੀ ਉਹ ਸਗਰੀ ਲਿਆਓ ਜੀ ਇੱਕ ਹੋਰ ਬ੍ਰਾਂਡ ਆਇਆ ਜੀ ਕੀ ਬਾਤ ਹੈ ਜੀ ਰਾਏ ਸਾਹਿਬ ਮਾਸ਼ਾਅੱਲਾ ਅੱਜ ਤਾਂ ਤਸਲੀਆਂ ਕਰ ਰਹੇ ਜੇ ਅੱਜ ਤਾਂ ਮਾਲ ਕਿੱਥੋਂ ਕੱਢ ਕੱਢ ਕੇ ਲੈ ਕੇ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰੀਏ ਤੇ ਤਾਂ ਹੀ ਲੱਭਦੀ ਹੈ ਕੁਛ ਆ ਹਾਂਜੀ ਚੀਜ਼ ਲਿਆ ਕੇ ਬ੍ਰਾਹਮਣ ਵਿਖਾ ਵੀ ਦੀ ਮਾਸ਼ਾਅੱਲਾ ਮਿਹਨਤ ਨਾ ਕਰੀਏ ਘਰ ਬੈਠੇ ਲੱਭ ਕੇ ਨਾ ਤੇ ਮੋੜ ਕੋਈ ਇੰਜ ਦੀ ਸ਼ਈਆਂ ਨਹੀਂ ਆਉਂਦੀਆਂ ਮਿਹਨਤ ਕਰ ਖਰਚਾ ਕਰਨਾ ਪੈਂਦਾ ਭਜਣਾ ਨਸਣਾ ਪੈਂਦਾ ਲਓ ਚੈੱਕ ਕਰੋ ਲਓ ਤੇ ਕੈਮਰਾ ਕੀ ਬਾਤ ਹੈ ਜੀ ਮਾਸ਼ਾਅੱਲਾ ਲਓ ਕੈਮਰਾ ਇੱਕ ਦਾ ਮਾਸ਼ਾਅੱਲਾ ਜੱਲਾ ਦੇ ਹੁਕਮ ਨਾਲ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਕਰ ਦਿਆ ਅਨਮੋਲ ਹੀ ਰੇ ਹੋਣਗੇ ਇੱਕ ਵੇਖਣਗੇ ਦੂਜੀ ਫੁੱਲੇਗੀ ਬੋਲ ਗਈ ਇੱਥੇ ਲਾਓ ਪੁੱਠੇ ਦੇ ਤੇ ਕੈਮਰਾ ਲਾ ਲਓ ਜੀ ਹੁਣ ਪੁੱਠੇ ਤੇ ਆ ਗਿਆ ਜੀ ਪੁੱਠਾ ਵੇ ਕਿੰਨਾ ਚੜਾ ਜੁੱਟੀ ਦਾ ਮਾਸ਼ਾਅੱਲਾ ਕੀ ਬਾਤ ਹੈ ਜੀ ਇਹਦਾ ਵਜ਼ਨ ਹੋਵੇਗਾ 500 ਕੇਜੀ 510 ਕਿੰਨੇ ਮਹੀਨੇ ਦੀ ਗੱਬਣੇ ਇਹ ਜੀ ਹੈਗੀ ਇਹਦੀ 4 ਮਹੀਨੇ ਦੀ 510 ਕੇਜੀ 520 ਕੇਜੀ ਹਾਂਜੀ ਇਹ ਵਜ਼ਨ ਹੋਵੇਗਾ ਜੁੱਟੀ ਦਾ ਜੀ ਠੀਕ ਹੈ ਜੀ ਇਹਦੇ ਲਾਉਣਾ ਪੁੱਠਾ ਵੇ ਕਰਮਾਲੀ ਦਾ ਕਿੱਡਾ ਚੜਾ ਹੈ ਮਾਸ਼ਾਅੱਲਾ ਇਹਦਾ ਮੱਝਾਂ ਦੇ ਪੁੱਠੇ ਹੁੰਦੇ ਨੇ ਵਾਕਿਆ ਆ ਦੇਖੋ ਵਾਕਿਆ ਇਹਦੇ ਮੱਝਾਂ ਦੇ ਪੁੱਠੇ ਹੁੰਦੇ ਨੇ ਚੜੇ ਸਹੀ ਗੱਲ ਹੈ ਇਹ ਜੋਟੀ ਹੁਣੇ ਹੀ ਹੈ ਮਾਸ਼ਾਅੱਲਾ ਇਹਦੇ ਆਓ ਲਓ ਜੀ ਇਹ ਚੈੱਕ ਕਰ ਲਓ ਲਓ ਇੱਥੇ ਕੰਮ ਲੱਗ ਗਿਆ ਬੋਲਣਾ ਹੀ ਨਹੀਂ ਤਾਂ ਮੈਂ ਤਾਂ ਮਾਸ਼ਾਅੱਲਾ ਇੱਕ ਵਹਾਣਾ ਤੇ ਦੂਜੀ ਬੋਲ ਜਾਂਦੀ ਦੂਜੀ ਵਹਾਣਾ ਤੇ ਜੀ ਬੋਲ ਜਾਂਦੀ 450 ਰੁਪਿਆ ਸਿਰਫ 450 450 ਰੁਪਿਆ ਵਜ਼ਨ 400 ਕੇਜੀ ਤੇ ਲਾ ਕੇ 500 ਕੇਜੀ ਤੱਕ ਹਾਂ ਠੀਕ ਹੈ ਇਹ ਵਜ਼ਨ ਛੋਟੀਆਂ ਦਾ ਹੋਵੇਗਾ ਰੇਟ 450 ਹੋਵੇਗਾ ਮੱਝਾਂ ਲੈਣੀਆਂ ਹੁਣ ਤਿਆਰ ਸੂਈਆਂ ਆਈਆਂ ਉਹਨਾਂ ਦਾ ਰੇਟ ਹੋਵੇਗਾ 550 ਰੁਪਏ ਕਿਲੋ 550 ਰੁਪਏ ਕਿਲੋ ਜਾਣ ਵਾਲ ਛੋਟੀਆਂ ਲਵਣ ਮੱਝਾਂ ਲਵਣ 300 ਕਿਲੋਮੀਟਰ ਤੱਕ ਡਿਲੀਵਰੀ ਮਿਲੇਗੀ 300 ਕਿਲੋਮੀਟਰ ਦੀ ਹਾਂਜੀ ਪੱਕੀ ਗੱਲ ਹੈ ਥਾਣ ਦੇ ਵਿੱਚ ਵਾਧਾ ਘਾਟਾ ਹੋਵੇ ਕੋਈ ਨੁਕਸਾਨ ਨਿਕਲੇ 8 ਦਿਨਾਂ ਵਿੱਚ ਚੇਂਜ ਕਰ ਸਕਦੇ ਨੇ ਕੀ ਬਾਤ ਹੈ ਜੀ ਠੀਕ ਉਹਦਾ ਕਿਰਾਇਆ ਖਰਚਾ ਮੇਰਾ ਹੋਵੇਗਾ ਠੀਕ ਹੈ ਜੀ ਅੱਜ ਤੁਮਨੇ ਕੋਲੀ ਕਿਸੇ ਜੁੱਟੀ ਦੀ ਨਹੀਂ ਨਾਮ ਨਾ ਲਓ ਜੀ ਕੋਈ ਨਜ਼ਰ ਨਹੀਂ ਆ ਰਹੀ ਮਾਸ਼ਾਅੱਲਾ ਕੀ ਜੁੱਟੀ ਲਓ ਲਾ ਜਾਇ ਹਾਏ ਹਾਏ ਮੈਂ ਸਦਕੇ ਥੀਵਾ ਅਬ ਮੈਂ ਕੁਰਬਾਨ ਜਾਵਾ ਰੇ ਸਭ ਤੁਹਾਡੇ ਤੋਂ ਮਾਸ਼ਾਅੱਲਾ ਬਰੀਕ ਜੀ ਬੂਤੀ ਨੀਲੀ ਦਾ ਵੀ ਜੀ ਆਨਾ ਹੈ ਚਮਕ ਰਿਹਾ ਜਿਵੇਂ ਬੈਂਟਾ ਹੁੰਦਾ ਹਾਂ ਇੱਕ ਜੋਟੀ ਨੂੰ ਅਸਾਂ ਫੜ ਕੇ ਉਹਨੂੰ ਬਾਰ ਬਾਰ ਜਾਂ 5-7 ਮਿੰਟ ਇੱਕ ਜੋਟੀ ਦੇ ਨਹੀਂ ਲਾਉਣੇ ਹਾਂਜੀ ਕਿਉਂ ਨਹੀਂ ਲਾਉਣੇ ਉਹ ਜੋਟੀ ਦੇ ਉਹੀ ਬੰਦਾ ਲਾਉਂਦਾ ਜਿੰਦੇ ਕੋਲ ਹੋਵਣ 10-15 ਜੋਟੀਆਂ ਹੁਣ ਪਤਾ ਹੁੰਦਾ ਕਿ ਮੈਂ 30 ਮਿੰਟਾਂ ਦੀ ਜੋਟੀ ਨਾਲ 10 ਜੋਟੀਆਂ ਦੇ ਮੁਕੰਮਲ ਕਰਨੀ ਹੈ ਆ ਸਹੀ ਗੱਲ ਅਸੀਂ ਜੋਟੀ ਸਿਰਫ ਵਿਖਾਉਣੀ ਹੈ ਸਹੀ ਗੱਲ ਹੈ ਬਕਾਇਆ ਜਿੰਨੂੰ ਕੋਈ ਡਾਊਟ ਹੋਵੇ ਵਿਜ਼ਿਟ ਕਰਨਾ ਹੋਵੇ ਵਿਜ਼ਿਟ ਕਰੇ ਆਵੇ ਇੱਥੇ ਇੱਥੇ ਆਣ ਕੇ ਤਸੱਲੀ ਕਰੇ ਆਪਣੀ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰੀ ਜੋਟੀ ਚੰਗੀ ਲੱਗੇ ਤੇ ਲਵੇ ਨਾ ਲੱਗੇ ਤੇ ਛੱਡ ਦੇਵੇ ਸ਼ਹਿਜ਼ਾਦਾ ਬਾਕੀ ਗੱਲਾਂ ਆਪਾਂ ਤਾਂ ਸਿੱਧੀਆਂ ਤਾਂ ਸਾਫ਼ ਕਰਨੀਆਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੇਰਾ ਜਾਨਵਰ ਚੰਗਾ ਲੱਗੇ ਤੇ ਮੇਰੇ ਨਾਲ ਗੱਲ ਕਰੇ ਨਾ ਕਰੇ ਆਵੇ ਪਾਣੀ ਪੀਵੇ ਰੋਟੀ ਖਾਵੇ ਪੀਵੇ ਜੋ ਉਹਦੇ ਨਸੀਬ ਨੇ ਉਹ ਖਾਵੇ ਪੀਵੇ ਤੇ ਜਾ ਸਕਦਾ ਹਾਂ ਕੀ ਬਾਤ ਹੈ ਬਕਾਇਆ ਇਹ ਕਿ ਸਿਰ ਤੋਂ ਪੈਰਾਂ ਤੱਕ ਮਾਲ ਚੰਗਾ ਲੱਗੇ ਤੇ ਫਿਰ ਲਵੇ ਸਹੀ ਗੱਲ ਹੈ ਇੱਕ ਵਾਰੀ ਸਾਰਿਆਂ ਕੋਲ ਵਿਜ਼ਿਟ ਕਰਕੇ ਆ ਜਾਵੇ ਹਾਂਜੀ ਐਂਡ ਤੇ ਮੇਰੇ ਲਿਆ ਜਾਵੇ ਸਹੀ ਗੱਲ ਹੈ ਠੀਕ ਐਂਡ ਤੇ ਵੀ ਆਵੇਗਾ ਪਹਿਲੇ ਵਿਆਹਗਾ ਮਾਲ ਅੱਲਾ ਦੇ ਹੁਕਮ ਨਾਲ ਚੰਗਾ ਇੱਥੇ ਹੀ ਲੱਭੇਗਾ ਹਾਂ ਬਕਾਇਆ ਆਪਣਾ ਕੋਲ ਗੱਲਾਂ ਕੋਣੀ ਹੈ ਕਿ ਮੈਂ ਨਹੀਂ ਆਂਦਾ ਕਿ ਮੈਂ ਸਾਰਿਆਂ ਨਾਲ ਚੰਗਾ ਮੇਰੇ ਨਾਲ ਸਾਰੇ ਹੀ ਚੰਗੇ ਨੇ ਮੈਂ ਇਹ ਗੱਲ ਨਹੀਂ ਕਰਦਾ ਲੇਕਿਨ ਇਹ ਕਿ ਮਾਲ ਅੱਲੂ ਚੰਗਾ ਬਿਲਕੁਲ ਠੀਕ ਹੈ ਮੈਂ ਆਪ ਪੈੜਾ ਜੋ ਵੀ ਹੈ ਨਾ ਮਾਲ ਅੱਲੂ ਮੈਂ ਚੰਗਾ ਮਾਸ਼ਾਅੱਲਾ ਮਾਲ ਨਹੀਂ ਕੋਈ ਦੇਵੇਗਾ ਮੇਰੇ ਰੰਗਾ ਇਨਸ਼ਾਅੱਲਾ ਇਹਦੀ ਗਾਰੰਟੀ ਮੈਂ ਦਿਆਂਗਾ ਕੀ ਬਾਤ ਹੈ ਰਾਏ ਸਾਹਿਬ ਤੁਸੀਂ ਗ੍ਰੇਟ ਟਾਈਮ ਜਿਹੜਾ ਦੱਸਾਂਗੇ ਟਾਈਮ ਓਕੇ ਨਿਕਲੇਗਾ 5 ਦੀ ਦੱਸਾਂਗਾ 4:30 ਦੀ ਵੀ ਨਹੀਂ ਨਿਕਲੇਗੀ
बाजुकात इत्थे चेक नहीं करदे, चेक नहीं करदे, घर जाके करना। अच्छा, कोई नुकसान निकले, टाइम घट निकले, खाली निकले, तीन महीने तक वापसी करन, तीन महीने तक मेरी गारंटी है। अच्छा, तीन महीने तक मेरी गारंटी होवे जी। बिलकुल जी, चेक कर लो जी। बिलकुल चेक कर लो जी। माशाल्लाह जी, तसल्ली करो जी, करो जी। शौक इथे मुकदा ते शौक राज साहब डेरे आते हुंदा जे शौक पूरा, जे किसे आना ते डरा की आओ, इत्थे माल लभना क्वालिटी दा, गुम गमा हो जिन्ना ते मर्जी भग जावण, जिन्नू मर्जी फिर तुर के आवण, इत्थे ही लभेगा। हां जी, आ वेख लो जी, नाले चंगे टाइम लभणगे, चंगी छुट्टी लभेगी इंशाल्लाह जी। हां जी, लो जी बाहर निकल रहे हैं जी, असीं हुण किसे होर पासे ते नहीं जा रहे हैं, किसे नूं डाउट तां नहीं होया। बच्चा खलोतियां ने अपने कोल, लो जी नामी कनामी वर्ल्ड रिकॉर्ड याफ्ता मजा, लो जी ऐ मजा खड़ी है माशाल्लाह। आ जोटी बिजली है मम्मी नी केड़ी, नहीं आज की मिनी है। अच्छा, फोर मिनी, ए मिनी है समझ को ला दी। लो जी अगाऊं चल रहे हैं जी, दूसरी जगह ते सल्ली करो। लो जी हुण ही जा रहे हैं, लाइव चेक कर सकते हैं माशाल्लाह। घूम जावा, लो जी लो जी आ वेख लो मजा ही ने। सामने मेहनत उत्ते राज साहब का डेरा जी माशाल्लाह। आ बंदे जाने पहचाने शह है, जानते जी तुम चंगी तरह। लो जी लो जी लो लो जी, अभी नौकर आ कटिया भी ना खड़िया ने जी, मूर्त माशाल्लाह जी। आ भी तसली ने चेक करो माशाल्लाह। राज साहब माल तो थोड़ा सारे बात तो वाद जी, बगैर इधर कैमरा करो जी मेरे लिए। हाँ, अनमोल हीरे कट्टी भी लैन गए ना अदर साहब, अनमोल हीरे ही मिलेगी। अच्छा, बहुत गल्ला अपने को चंगा माल लगे ते सत बिस्मिल्लाह 24 घंटे दरवाजे भरावा वास्ते खुले ने। अच्छा, ठीक है, भैड़ा निकले ते मेनू भाई कमेंट से दसन के भाई आका तेरा माल भैड़ा चंगा लगे तो माशाल्लाह लाजमी लिखनी है। हाँ जी, रेट 450 है छोटी का, माई का 550 है। ठीक है जी, फिर के आ जावन च तू मर्जी फिरण, अल्लाह दे हुक्म नाल स्वाद इत्थे ही आवेगा जी, चंगी इत्थे मिलेगी जी। थैंक यू सर, बहुत मेहरबानी, ताज़ा फ्रैश माल लैते आते हैं, तुहानू भी सारयां नू पता है। तो हुण मेहनत करना, तुहानू साडी वीडियो चंगी लगे तो, अगर चंगी लगे तो लाइक कर दिओ, शेयर कर दिओ। पाकिस्तान जिंदाबाद जिंदाबाद।